ਮਹਾਤਮਾ ਸਨ ਇੱਕ, ਸੋ ਉਹਨਾਂ ਦੇ ਪਾਸ ਬਹੁਤੇ ਲੋਕ ਆਇਆ ਕਰਨ ਤੇ ਭਜਨ ਸਿਮਰਨ ਕਰਨ ਦਿਆ ਕਰਨ। ਮਹਾਤਮਾ ਨੇ ਚਿੱਤ ਕਾਹਲਾ ਪੈ ਗਿਆ, ਕਹਿੰਦੇ ਐਵੇਂ ਵਿਅਰਥ ਗੱਲਾਂ ਇੱਧਰ ਉੱਧਰ ਦੀਆਂ ਕਰਦਿਆਂ ਸਮਾਂ ਸੋ ਫਜ਼ੂਲ ਐਵੇਂ ਖਰਾਬ ਹੁੰਦਾ ਹੈ। ਇਸ ਵਾਸਤੇ ਕੋਈ ਯਤਨ ਬਣਾਈਏ, ਕੋਈ ਉੱਤਮ ਅਧਿਕਾਰੀ ਕੋਈ ਸਾਡੇ ਪਾਸ ਆਵੇ, ਕੋਈ ਭਾਵ ਭਗਤੀ ਦੀ ਵਿਚਾਰ ਕਰਨ ਵਾਲਾ ਜਣਾ ਖਾਣਾ ਨਾ ਆਉਣ ਦੇਈਏ। ਜੇ ਐਵੇਂ ਰੋਕਿਆ ਤਾਂ ਕਿਸੇ ਨੇ ਰੁਕਣਾ ਨਹੀਂ। ਉਹਨਾਂ ਨੇ ਤਰੀਕਾ ਬਣਾਇਆ, ਇੱਕ ਬੜਾ ਭਾਰੀ ਕੌੜੇ ਸੁਭਾਅ ਵਾਲਾ ਕੱਟਣ ਵਾਲਾ ਵੱਢਣ ਵਾਲਾ ਕੁੱਤਾ ਰੱਖਿਆ, ਉਸ ਤੋਂ ਉਰੇ ਸੋ ਉਹਨਾਂ ਨੇ ਇੱਕ ਮਾਰਨ ਖੰਡੀ ਗਊ ਰੱਖੀ। ਬੜਾ ਉਹ ਮਾਰਿਆ ਕਰੇ ਜੇ ਕੋਈ ਨੇੜੇ ਜਾਵੇ, ਜੇ ਉਹਨਾਂ ਦੋਹਾਂ ਤੋਂ ਕੋਈ ਅੱਗੇ ਆ ਜਾਵੇ ਤਾਂ ਆਪਣੇ ਦਰਵਾਜ਼ੇ ਦੇ ਮੂਹਰੇ ਇੱਕ ਬਹੁਤੀ ਲੜਾਕੀ ਮਾਈ ਰੱਖੀ ਹੋਈ, ਉਹ ਬਹੁਤੀ ਲੜਿਆ ਕਰੇ। ਸੋ ਪਹਿਲਾਂ ਤਾਂ ਕੁੱਤੇ ਨੇ ਨੀ ਕਿਸੇ ਨੂੰ ਨੇੜੇ ਆਉਣ ਦੇਣਾ, ਸੜਕ ਤੋਂ ਹੀ ਪਰੇ ਕਰ ਦੇਣਾ। ਸੋ ਕੁੱਤਾ ਬੜਾ ਵੱਢਣ ਵਾਲਾ, ਇਸ ਵਾਸਤੇ ਨੇੜੇ ਨਾ ਜਾਈਏ ਕਿਤੇ ਕੁੱਤਾ ਵੱਢਦਾ ਨਾ ਹੋਵੇ। ਸੋ ਅੱਗੇ ਫਿਰ ਨਹੀਂ ਤਾਂ ਗਊ ਬੜੀ ਉਹ ਮਾਰਨ ਵਾਲੀ ਸੀ, ਅੱਗੇ ਉਹ ਮਾਈ ਲੜਾਕੀ, ਤਿੰਨਾਂ ਤੋਂ ਲੰਘ ਕੇ ਕੌਣ ਜਾਵੇ? ਮਹਾਤਮਾ ਮਰਿਆ ਨੰਦ ਵਿੱਚ ਨਹੀਂ ਮਰਿਆ ਅਸਲ, ਪਰ ਇੱਕ ਅਧਿਕਾਰੀ ਸੀ ਬੜਾ। ਸੋ ਕਹਿਣ ਲੱਗਾ ਮੈਂ ਦਰਸ਼ਨ ਜ਼ਰੂਰ ਕਰਨੇ ਨੇ, ਕੋਈ ਬਚਨ ਬਣਾ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਕੇ ਲਾਭ ਲੈਣਾ, ਮਹਾਤਮਾ ਦੇ ਪਾਸ ਜਾਣਾ ਜ਼ਰੂਰ ਹੈ। ਉਹਨੂੰ ਪਤਾ ਲੱਗ ਗਿਆ ਉਹਨੇ ਕੁੱਤੇ ਵਾਸਤੇ ਤਾਂ ਚੂਰੀ ਕੁੱਟ ਕੇ ਲੈ ਲਈ, ਜਦੋਂ ਕੁੱਤਾ ਵੱਢਣ ਪੈਣ ਲੱਗਾ ਤਾਂ ਉਹਨੂੰ ਚੂਰੀ ਪਾ ਦਿੱਤੀ, ਉਹ ਚੂਰੀ ਖਾ ਕੇ ਉਲਟਾ ਪੂਛ ਮਾਰਨ ਲੱਗਾ, ਲੰਘ ਗਿਆ। ਅੱਗੇ ਗਊ ਮਾਰਨ ਖੰਡੀ ਜਦੋਂ ਆਈ ਉਹਦੇ ਵਾਸਤੇ ਹਰਾ ਹਰਾ ਬੜਾ ਸੋਹਣਾ ਘਾਹ ਲਈ ਗਿਆ ਸੀਗਾ, ਉਹਨੂੰ ਜਦੋਂ ਘਾਹ ਪਾਇਆ ਤਾਂ ਗਊ ਰਾਹ ਚੜਨ ਲੱਗ ਪਈ, ਇਹ ਅੱਗੇ ਲੰਘ ਗਿਆ। ਜਿਹੜੀ ਲੜਾਕੀ ਮਾਈ ਸੀ ਉਹਨੂੰ ਕਹਿਣ ਲੱਗਾ, ਮਾਈ ਉਹਦੇ ਵਾਸਤੇ ਪਿਓਰ ਤਿੰਨੇ ਲੀੜੇ, ਸੋ ਗਲ ਦਾ, ਪੇਟ ਦਾ ਤੇ ਸਿਰ ਦਾ ਪਿਓਰ ਚਾਹੀਦਾ, ਤਿੰਨ ਲੀੜੇ ਲੈ ਗਿਆ ਤੇ ਨਾਲ 25 ਰੁਪਏ ਉੱਪਰ ਰੱਖ ਲੈ। ਸੋ ਕਹਿਣ ਲੱਗੇ, ਮਾਈ ਤੇਰੇ ਵਾਸਤੇ ਤਾਂ ਮੈਂ ਤਿੰਨੇ ਲੀੜੇ ਬਣਾ ਕੇ ਲਿਆ ਤੇ 25 ਰੁਪਏ ਤਾਂ ਤੇਰੇ ਸਤਿਕਾਰ ਵਜੋਂ ਤੂੰ ਆਹ ਪ੍ਰਾਪਤ ਕਰ, ਉਹਨੂੰ ਦੇ ਕੇ ਤੂੰ ਅੱਗੇ ਲੰਘ ਗਿਆ। ਉਹ ਮਾਈ ਵੀ ਪ੍ਰਸੰਨ ਹੋ ਗਈ, ਗਊ ਵੀ ਪ੍ਰਸੰਨ ਹੋ ਗਈ, ਕੁੱਤੇ ਨੇ ਵੀ ਪ੍ਰਸੰਨ ਕਰ ਲਿਆ। ਫਿਰ ਉਹ ਚਲਾ ਗਿਆ ਮਹਾਤਮਾ ਦੇ ਪਾਸ, ਜਦੋਂ ਪਹੁੰਚਿਆ ਮਹਾਤਮਾ ਬੜੇ ਖੁਸ਼ ਹੋਏ, ਕਹਿਣ ਲੱਗੇ, ਬਾਈ ਤੂੰ ਬੜਾ ਯਤਨ ਕੀਤਾ ਹੈ, ਇਹ ਤਿੰਨੇ ਮੁਸ਼ਕਲਾਂ ਸਨ, ਮੇਰਾ ਖਿਆਲ ਸੀ ਮੈਂ ਆਪਣਾ ਦਰਸ਼ਨ ਨਹੀਂ ਵਿਖਾਉਣਾ, ਪਰ ਤੂੰ ਡਾਢਾ ਯਤਨ ਕੀਤਾ ਹੈ, ਇਸ ਵਾਸਤੇ ਤੈਨੂੰ ਉਪਦੇਸ਼ ਜ਼ਰੂਰ ਦਿਆਂ। ਉਪਦੇਸ਼ ਦੇ ਕੇ ਉਸਦੇ ਤਾਈ ਨਿਹਾਲ ਕਰ ਦਿੱਤਾ। ਇਸੇ ਤਰ੍ਹਾਂ ਵਾਹਿਗੁਰੂ ਦੇਖ ਦਿਖਾਵਾਂ ਘੁੰਮੂ, ਢੋਲਣ ਪਿਆਰਿਆ ਜੇ ਤੂੰ ਵਿਖਾਉਣਾ ਕਰੇ ਤਾਂ ਤੈਨੂੰ ਵੇਖੀਏ ਨਾ। ਇਸੇ ਤਰ੍ਹਾਂ ਤੂੰ ਪਹਿਲਾਂ ਲੋਭ ਰੂਪੀ ਕੁੱਤਾ ਬੱਧਾ ਹੋਇਆ, ਉਹ ਨੀ ਤੇਰੇ ਨੇੜੇ ਆਉਣ ਦਿੰਦਾ ਕਿਸੇ ਨੂੰ, ਲਾਲਚ ਵਿੱਚ ਖਾ ਕੇ ਸੋ ਦਾੜਾ ਤੇ ਕੇਸ ਮੁੰਨਣ ਤੱਕ ਚਲੇ ਜਾਓ, ਨੌਕਰੀ ਮਿਲ ਜਾਵੇ ਸੋ ਸਿੱਖੀ ਫਿਰ ਵੇਖੀ ਜਾਓ, ਲਾਲਚ ਵਿੱਚ ਪੈ ਕੇ ਸੋ ਸਭ ਕੁਛ ਹੀ ਛੱਡ ਦੇਣਾ, ਧਰਮ ਤੋਂ ਭ੍ਰਿਸ਼ਟ ਹੋ ਜਾਣਾ। ਇਹ ਲਾਲਚ ਰੂਪੀ ਕੁੱਤੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾੜ, ਇਸ ਹਲਕੇ ਕੁੱਤੇ ਨੇ ਲੋਭ ਨੇ ਸਭ ਨੂੰ ਵਿਗਾੜ ਦਿੱਤਾ। ਇਹ ਲੋਭਾ ਲੰਪੜ ਸੰਸਰ ਮੋਹਰ ਹੈ, ਅਣਕ ਲਹਿਰੀ ਕਲੋਨ ਤੇ ਆਵੰਤ ਜੀ ਆ ਬਹੁ ਪ੍ਰਕਾਰ ਅਣਕ ਪਾਸ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਸਭ ਲੱਗਿਆ, ਅਕਰਣ ਕ੍ਰੋਧ ਅਸਾਦ ਸਾਜੇ ਸਾਜੇ ਨੂੰ ਸਾਜ ਮੱਛਿਆ। ਲੋਭ ਤੂੰ ਬੜਾ ਮਾੜਾ ਹੈ, ਨਾ ਤੂੰ ਮਿੱਤਰਾਂ ਦਾ, ਨਾ ਦੋਸਤਾਂ ਦਾ, ਨਾ ਭੈਣਾਂ ਭਰਾਵਾਂ ਦਾ, ਨਾ ਮਾਂ ਪਿਓ ਦਾ, ਬਲਕਿ ਗੁਰੂ ਘਰ ਦੇ ਨਾਲ ਵੀ ਪਿਆਰ ਨਹੀਂ ਰਹਿਣ ਦਿੰਦਾ। ਇੱਥੋਂ ਵੀ ਚੋਰੀਆਂ ਕਰਨ ਜਾਂਦੇ ਨੇ, ਜੁੱਤੇ ਕੱਟਣ ਜਾਂਦੇ ਨੇ, ਕਿਸੇ ਕੱਟ ਲੈਂਦੇ ਨੇ, ਗੋਲਕ ਵਿੱਚੋਂ ਕੁਛ ਨਾ ਕੁਛ ਕੱਢ ਲਈਏ। ਤੂੰ ਕਿਸੇ ਪਾਸੇ ਵੀ ਕਿਸੇ ਥਾਂ 'ਤੇ ਕਿਸੇ ਰਹਿ ਨਹੀਂ ਨਾ ਦਿੱਤੀ, ਕਿਸੇ ਨਾਲ ਤੂੰ ਪਿਆਰ ਨਹੀਂ ਬਣਿਆ ਰਹਿਣ ਦਿੰਦਾ, ਤੂੰ ਬੜਾ ਮਾੜਾ ਹੈ। ਸੋ ਤੇਰੀ ਸੰਗਤ ਕਰਕੇ ਬੜੇ ਨੀਚ ਬਣ ਜਾਂਦਾ ਪੁਰਸ਼। ਸੋ ਇਹ ਲੋਭ ਰੂਪੀ ਜਿਹੜਾ ਕੁੱਤਾ ਹੈ, ਸੋ ਇਸ ਵਾਸਤੇ ਇਹ ਨਹੀਂ ਨੇੜੇ ਆਉਣ ਦਿੰਦਾ। ਅਤੇ ਜਿਹੜੀ ਮਾਇਆ ਇਸੇ ਤਰ੍ਹਾਂ ਅੱਗੇ ਅਵਿਦਿਆ ਰੂਪੀ ਗਊ ਹੈ, ਜਿਸ 'ਤੇ ਰਾਗ ਅਤੇ ਦਵੈਤ ਅਤੇ ਦੋ ਸਿੰਘ ਹਨ ਬੜੇ ਭਾਰੀ। ਸੋ ਇਹ ਰਾਗ ਕਿਸੇ ਨਾਲ ਬੋਧ ਅਤੇ ਕਿਸੇ ਦੇ ਨਾਲ ਵੈਰ, ਇਹ ਸਿੰਘ ਮਾਰ ਮਾਰ ਕੇ ਬੜਾ ਤੰਗ ਕਰਨ ਵਾਲੀ ਹੈ। ਸੋ ਇਸ ਪ੍ਰਕਾਰ ਇਸ ਤੋਂ ਅੱਗੇ ਮਾਇਆ ਰੂਪੀ ਮਾਈ ਹੈ, ਸੋ ਜੋ ਬੜੀ ਲੜਾਕੀ ਹੈ, ਲੜਨ ਵਾਲੀ ਹੈ। ਸੋ ਕਿਸ ਹੀ ਵਾਦ ਘਾਟ ਕਿਸ ਹੀ ਸਗਲੇ ਲੜ ਲੜਨ, ਕਿਸੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ, ਜਿਸ ਕੋਲ ਵੱਧ ਹੈ ਉਹ ਘੱਟ ਵਾਲਾ ਕਹਿੰਦਾ ਇਹਦੇ ਕੋਲ ਖੋਹ ਲੈਣੀ ਹੈ, ਜਿਹੜਾ ਤਗੜਾ ਉਹ ਮਾਗਰਮੱਛ ਬਣਿਆ ਹੋਇਆ ਉਹ ਕਹਿੰਦਾ ਬਾਕੀ ਛੋਟੇ ਸਾਰਨ ਮੈਂ ਹੀ ਹਜ਼ਮ ਕਰ ਜਾਣਾ, ਆਪ ਮੈਂ ਲੜਾਈ ਝਗੜੇ ਪਾਈ ਰੱਖਦੀ, ਇਹ ਜਿਹੜੀ ਮਾਇਆ ਹੈ ਇਹ ਕਿਤੇ ਵੀ ਵੇਖੀਏ, ਇਹ ਬੜੀ ਲੜਾਕੀ ਹੈ, ਇਹ ਨਹੀਂ ਨੇੜੇ ਜਾਣ ਦਿੰਦੀ, ਇਹ ਤਿੰਨ ਰੁਕਾਵਟਾਂ ਹਨ। ਹੇ ਵਾਹਿਗੁਰੂ ਢੋਲਣ ਪਿਆਰੇ ਦੇਖ
ਦੇਖਾਂ ਤੈਨੂੰ ਦਿਖਾਵਾਂ ਢੋਲੋ ਢੋਲਣ ਤੇ ਆ ਰਿਹਾ ਜੇ ਤੂੰ ਕਿਸੇ ਨੇ ਰੁਕਾਵਟਾਂ ਦੂਰ ਕਰੇ ਤਾਂ ਤੈਨੂੰ ਦੇਖੀਏ ਨਾ। ਸੋ ਉੱਤਮ ਅਧਿਕਾਰੀਆਂ ਸੋਚਿਆ ਕਿ ਵੇਖਣਾ ਜ਼ਰੂਰ ਹੈ ਆਪਣੇ ਪਿਆਰੇ, ਮਿਲਣਾ ਜ਼ਰੂਰ। ਉਸ ਰਹੇ ਮੁਕਤੀ ਦਾ ਜਿਹੜਾ ਲਾਲਚ ਸੀ, ਲੋਭ ਸੀ, ਇਹ ਚੂਰੀ ਕੁੱਟ ਲਈ। ਸੋ ਇਹ ਲੋਭ ਰੂਪੀ ਕੁੱਤੇ ਰੂਪ ਆਈ, ਇਹਦੇ ਵੇਖ ਮੁਕਤ ਹੋ ਜਾਣਗਾ ਅੰਤਰੂ। 84 ਦਾ ਗੇੜਾ ਕੱਟਿਆ ਜਾਵੇਗਾ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਵੇਗਾ। ਸੋ ਮੁਕਤੀ ਰੂਪੀ ਚੂਰੀ ਦਾ ਲਾਲਚ ਇਸ ਲੋਭ ਰੂਪੀ ਕੁੱਤੇ ਨੂੰ ਵਿਖਾ ਕੇ ਲਾਲਚ ਨੂੰ ਅੱਗੇ ਹੋ ਗਿਆ। ਉੱਤਮ ਅਧਿਕਾਰੀ ਜਿਹੜਾ ਵੈਰਾਗ ਧਾਰ ਕੇ ਫਿਰ ਅੱਗੇ ਵੇਖਿਆ ਅਵਿਦਿਆ ਰੂਪੀ ਦਊ ਤੇ ਰਾਗ ਦੁਆਇਕ ਕੇ ਸਿੰਘ, ਜਿਹੜਾ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਕਰਾਉਣਾ ਇਹ ਤਾਂ ਇਹਨੂੰ ਪਾ ਦਿੱਤਾ ਕਿ ਸਾਰੇ ਪਦਾਰਥ ਇਹ ਮਿੱਥਿਆ ਨੇ, ਨਾਲ ਕਿਸੇ ਨੇ ਨਹੀਂ ਜਾਣਾ, ਕੋਈ ਨਾਲ ਨਹੀਂ ਲੈ ਕੇ ਗਿਆ। ਵੱਡੇ ਵੱਡੇ ਜਿਹੜੇ ਹੋਏ ਵੀਰ, ਕੌਡੀ ਕੌਡੀ ਜੋਰ ਤੇ ਜੋਰੇ ਲਾਸ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਨਹੀਂ ਲਗੋਟੀ ਤੋਰ। ਇਹ ਜਿਹੜਾ ਮਿੱਥਿਆ ਨਿਸ਼ਚੇ ਕਰਾਇਆ ਸਾਰੇ ਪਦਾਰਥ, ਸੋ ਇਹ ਕਾ ਪਾ ਕੇ ਇਸ ਅਵਿਦਿਆ ਰੂਪੀ ਗਊ ਨੂੰ, ਜਿਹੜੀ ਰਾਗ ਤੇ ਦੁਆਇਕ ਰੂਪੀ ਸਿੰਘ ਮਾਰਦੀ ਸੀ, ਈਰਖਾ ਰੂਪੀ ਛੜ ਮਾਰਦੀ ਸੀ, ਇਸੇ ਤਰ੍ਹਾਂ ਤਰਕ ਰੂਪੀ ਪੂਛ ਮਾਰਦੀ ਸੀ, ਇਸ ਤੋਂ ਵੀ ਅੱਗੇ ਲੰਘ ਗਿਆ ਗੁਰੂ ਕਾ ਪਿਆਰਾ। ਸੋ ਅੱਗੇ ਵੇਖਿਆ ਮਾਇਆ ਰੂਪੀ ਮਾਈ, ਇਹ ਬੜੀ ਲੜਾਕੀ ਹੈ, ਇਹ ਬੜੀ ਲੜਾਈ ਪਾ ਛੱਡਦੀ ਹੈ। ਇਹਨੂੰ ਤਿੰਨ ਗੁਣ ਜਿਹੜੇ ਸਨ, ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋ ਗੁਣ ਦਾ ਜਿਹਨਾਂ ਨਾਲ ਸੁਭਾਅ ਉਹ ਲੜਦੇ ਨੇ, ਤਮੋ ਗੁਣ ਵਾਲੇ ਲੜਦੇ ਨੇ, ਸਤਗੁਣ ਵਾਲਿਆਂ ਦੀ ਅੰਦਰੇ ਅੰਦਰ ਲੜਾਈ ਬਣੀ ਰਹਿੰਦੀ ਹੈ। ਮੇਰੀ ਤ੍ਰਿਪਤਾ ਹੋਵੇ, ਮੇਰਾ ਜਸ ਹੋਵੇ, ਇਹਦੀਆਂ ਸਿੱਧੀਆਂ ਮੇਰੇ ਪਾਸ ਆਉਣ, ਲੋਕ ਬਹੁਤ ਮੈਨੂੰ ਮੱਥਾ ਟੇਕਣ, ਬਾਹਰੋਂ ਭਾਵੇਂ ਨਰਮ ਜੇ ਬੋਲਣ ਤੇ ਸਾਧੂ ਕਹਾਉਣ, ਅੰਦਰੋਂ ਇਹ ਲੜਾਈ ਉਹਨਾਂ ਦੇ ਅੰਦਰ ਵੀ ਬਣੀ ਰਹਿੰਦੀ। ਇਸ ਵਾਸਤੇ ਇਹ ਤਿੰਨਾਂ ਗੁਣਾਂ ਰੂਪੀ ਪਿਓਰ ਇਹਨੂੰ ਅਰਪ ਦਿੱਤਾ, ਇਹ ਤਿੰਨੇ ਗੁਣ ਤੂੰ ਗ੍ਰਹਿਣ ਕਰ ਲੈ ਤੇ 25 ਰੁਪਏ ਕਿਹੜੇ ਸਨ, ਜਿਹੜਾ 25 ਪ੍ਰਕਿਰਤੀਆਂ ਦਾ ਬਣਿਆ ਹੋਇਆ ਇਹ ਸਰੀਰ ਹੈ, ਇਹਦਾ ਦੇਹ ਦੇ ਆਸ ਵੀ ਛੱਡ ਦਿੱਤਾ, ਇਹ 25 ਰੁਪਏ ਵੀ ਤੂੰ ਲੈ ਲੈ ਤੇ ਪਿਓਰ ਵੀ ਤੂੰ ਲੈ ਲੈ। ਜਦੋਂ ਦੇਹ ਦੇ ਆਸ ਵੀ ਛੱਡ ਦਿੱਤਾ, ਤਿੰਨੇ ਗੁਣ ਵੀ ਤਿਆਗ ਦਿੱਤੇ, ਫਿਰ ਮਾਇਆ ਦੀ ਕੋਈ ਵਾਹ ਹੀ ਨਾ ਚੱਲੀ, ਇਸ ਤੋਂ ਅਗਾਂਹ ਲੰਘ ਕੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਫਿਰ ਵੇਖ ਲਿਆ। ਫਿਰ ਢੋਲਣ ਤੇ ਆ ਰਿਹਾ, ਜੇ ਇਹੋ ਵਿਖਾਉਣਾ ਕਰੇ ਤਾਂ ਤੇਰੇ ਸਰੂਪ ਨੂੰ ਤੱਕੀਏ, ਨਹੀਂ ਤਾਂ ਰੁਕਾਵਟਾਂ ਵੇਖ ਨਹੀਂ ਸਕਦੇ ਤੇਰੇ ਤਾਂ।